ਜਦੋਂ ਸੀ ਤੁਹਾਡੇ ਨਾਲ ਪਹਿਲਾਂ ਗੱਲ ਕਰਦੇ ਹੁੰਦੇ ਸੀ ਆ ਕੇ ਤੁਸੀਂ ਕਹਿੰਦੇ ਸੀ ਅਸੀਂ ਤਾਂ ਬਾਈਕਾਟ ਕਰ ਦੇਣਾ ਵੋਟਾਂ ਦਾ ਅਸੀਂ ਤਾਂ ਵੋਟਾਂ ਪਾਣੀਆਂ ਨਹੀਂ ਹੈਗੀਆਂ ਸਾਨੂੰ ਸਰਕਾਰਾਂ ਨੇ ਕੁਝ ਨਹੀਂ ਦਿੱਤਾ ਹੁਣ ਤੁਸੀਂ ਵੋਟ ਪਾਏ ਉਹਨੇ ਨੇ ਉਹ ਮੈਂ ਤੇ ਨਹੀਂ ਕੰਨਾਂ ਕਿ ਮੈਂ ਵੀ ਟੀਵੀ 'ਤੇ ਬੋਲ ਪਾ ਜਾਂਦੇ ਆ ਕਿਸੇ ਨੇ ਮਜਬੂਰ ਮਜਬੂਰੀ ਥੱਲੇ ਕਿਸੇ ਦੇ ਦਬਾਅ ਥੱਲੇ ਤਾਂ ਨਹੀਂ ਵੋਟ ਨਹੀਂ ਦਬਾਅ ਥੱਲੇ ਅਸੀਂ ਕਿਸੇ ਦੇ ਨਹੀਂ ਆਏ ਫਿਰ ਅਸੀਂ ਸੋਚਿਆ ਵੀ ਚਲੋ ਇੱਕ ਮੌਕਾ ਦੇਖ ਲੈਂਦੇ ਆ ਦੇ ਨਾ ਇਹਨਾਂ ਨਾਲ ਸਾਡਾ ਕੁਝ ਬਣਾਇਆ ਤੇ ਅਸੀਂ ਗਾਹਣ ਵੋਟ ਨਹੀਂ ਪਾਉਂਗੇ ਮੰਮ ਗੰਦੇ ਫਰੇ ਜੇ ਨਾ ਬੋੜ ਪਾਈ ਤਾਂ ਫਿਰ ਕਣਕ ਨਹੀਂ ਮਿੰਨੀ ਫਿਰ ਮਿੰਤਾ ਬੋਗਾ ਜੀ ਦੀ ਦਾਨ ਅੰਦਰ ਕੁਸਣੀਆਂ ਨਾ ਨੇ ਹਾਂ ਮਿੰਤਾ ਬਹੁਤ ਕੀਤੀਆਂ ਹੈ ਹਾਂ ਜੀ ਆਲੀ ਤੜਵਾਲੇ ਗੰਦੇ ਜੜ ਨੂੰ ਪਾ ਦਿਓ ਹਾਂ ਤੱਕੜੀ ਆ ਤੱਕੜੀ ਨੂੰ ਗੰਦੇ ਦੇ ਪਾ ਦਿਓ ਫਿਰ ਤੁਸੀਂ ਗਏ ਇੱਕ ਬੰਦੇ ਨਾਲ ਸੀ ਕਿ ਕੋਈ ਲੱਗ ਇਹਨੂੰ ਕੋਈ ਲੈ ਗਿਆ ਤੇ ਤੈਨੂੰ ਕੋਈ ਲੈ ਗਿਆ ਨਹੀਂ ਜੀ ਇਕੱਠੇ ਇਕੱਠੇ ਨੂੰ ਲੈ ਗਏ ਸੀ ਨੇ ਕੇ ਫਿਰ ਤੁਹਾਨੂੰ ਇੱਕ ਪਾਰਟੀ ਵਾਲਾ ਗਿਆ ਤੁਸੀਂ ਵੋਟ ਲੱਗ ਲੱਗ ਪਾਇਆ ਏ ਹਾਂਜੀ ਤੁਸੀਂ ਦਿਮਾਗ ਵਰਤ ਲਿਆ ਆਪਣਾ ਹਾਂਜੀ ਆਪਣੀ ਮਰਜ਼ੀ ਨਾਲ ਕਿਧਰ ਕਿਧਰ ਥਰੂ ਆਵਾਜ਼ ਬੁਲੰਦ ਕਰੋਗੇ ਫਿਰ ਕਿਹਨੂੰ ਫੋਨ ਕਰਕੇ ਕਹੋਗੇ ਵੀ ਅਸੀਂ ਆਵਾਜ਼ ਬੁਲੰਦ ਕਰਨੀ ਆਂ ਵੀ ਸਾਡੇ ਕੋਲ ਆਜੋ ਵੀਰ ਜੀ ਨੂੰ ਲੰਘਦੇ ਕਿਹੜੇ ਵੀਰ ਜੀ ਨੂੰ ਥਲੀਆ ਦੇਨ ਜੀ ਅੱਛਾ ਹਾਂਜੀ ਥਲੀ ਭਾਜੀ ਨੂੰ ਬੁਲਾ ਲੈਣਾ ਫਿਰ ਤੁਸੀਂ ਹਾਂਜੀ ਨਹੀਂ ਉਹਨਾਂ ਨੂੰ ਨਹੀਂ ਦੱਸਿਆ ਕੁਝ ਵੀ ਹਾਂ ਉਹਨਾਂ ਨੂੰ ਕਿਹਾ ਤੁਹਾਨੂੰ ਹੀ ਪਾ ਦਾਂਗੇ ਹੈਂ ਹਾਂਜੀ ਅਸੀਂ ਜਿਹੜਾ ਵੀ ਕਹਿੰਦੇ ਨੇ ਉਹਨੂੰ ਵੀ ਕਹਿੰਦੇ ਪਾ ਦਾਂਗੇ ਪਾ ਦਾਂਗੇ ਅੱਛਾ ਹਾਂਜੀ ਚਲੋ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਹਨਾਂ ਨੇ ਤੁਹਾਡੇ ਨਾਲ ਠੱਗੀ ਕੀਤੀ ਹੈ ਅਸੀਂ ਪਤਾ ਕਰ ਸਕੀਏ ਕਿ ਇਹ ਠੱਗੀ ਕਿਨੇ ਕੀਤੀ ਹੈ ਉਹਦੇ ਤੋਂ ਕਰ ਵੀ ਕਰਵਾ ਸਕੀਏ ਸੋ ਉਮੀਦ ਕਰਦੇ ਹਾਂ ਕਿ ਅਜਿਹੀ ਠੱਗੀ ਤੁਹਾਡੇ ਨਾਲ ਵੀ ਨਹੀਂ ਹੋਗੀ ਦੁਬਾਰਾ ਸਤਿ ਸ਼੍ਰੀ ਅਕਾਲ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਅੱਜ 20 ਫਰਵਰੀ ਹੈ ਹਰ ਕੋਈ ਜਿਸ ਦੀ ਵੋਟ ਬਣੀ ਹੋਈ ਹੈ ਉਹ ਵੋਟ ਪਾ ਰਿਆ ਆਪਣੇ ਭਵਿੱਖ ਨੂੰ ਸੁਰੱਖਿਅਤ ਕਰਨ ਦੇ ਲਈ ਆਪਣੇ ਭਵਿੱਖ ਦੇ ਲਈ ਵਧੀਆ ਉਮੀਦਵਾਰਾਂ ਨੂੰ ਚੁਣਨ ਦੇ ਲਈ ਸੋ ਅੱਜ ਤੁਹਾਨੂੰ ਅਸੀਂ ਅਮਨ ਓੰਕਾਰ ਕੋਲ ਵੀ ਲੈ ਕੇ ਆਏ ਆ ਤੁਸੀਂ ਅਕਸਰ ਵੀਡੀਓਜ਼ ਦੇਖਦੇ ਰਹਿੰਦੇ ਹੋ ਅਮਨ ਓੰਕਾਰ ਦੋ ਭਰਾ ਨੇ ਜਿਨ੍ਹਾਂ ਦਾ ਜਿਨ੍ਹਾਂ ਦੀ ਉਮਰ ਤਾਂ ਵੱਧ ਗਈ ਪਰ ਸਰੀਰਕ ਵਿਕਾਸ ਉਹਨਾਂ ਨਹੀਂ ਹੋ ਸਕਿਆ ਤੁਸੀਂ ਜਾਣਦੇ ਹੋ ਬਹੁਤ ਸਾਰੀਆਂ ਵੀਡੀਓਜ਼ ਪੰਜਾਬੀ ਲੋਕ ਚੈਨਲ ਤੇ ਦੇਖੀਆਂ ਵੀ ਹੋਣਗੀਆਂ ਸੋ ਅਮਨ ਓੰਕਾਰ ਵੀ ਵੋਟ ਪਾ ਕੇ ਆਏ ਨੇ ਗੱਲਬਾਤ ਕਰਦੇ ਆਂ ਕਿ ਕਿਦਾਂ ਦਾ ਇਹਨਾਂ ਦਾ ਤਜਰਬਾ ਹੈ ਰੇਂਦਾ ਅਮਨ ਕੀ ਹਾਲ ਚਾਲ ਨੇ ਠੀਕ ਹੈ ਜੀ ਤੁਹਾਡਾ ਨਾਮ ਮਮਾ ਨੇ ਕਿਉਂ ਕਰ ਅਮਨਦੀਪ ਸਿੰਘ ਤੁਹਾਡਾ ਓਂਕਾਰ ਸਿੰਘ ਹਾਂਜੀ ਵੋਟ ਪਾਇਆ ਏ ਫਿਰ ਅੱਜ ਹਾਂਜੀ ਤੁਸੀਂ ਪਹਿਲਾਂ ਤਾਂ ਆਪਣੀ ਉਂਗਲ ਦਿਖਾਓ ਕਿਹਦੇ ਤੇ ਵੋਟ ਪਈਆ ਲੋ ਜੀ ਇਹ ਵੋਟ ਦਾ ਆਪਣੀ ਦਾ ਯੂਜ਼ ਕਰਿਆ ਏ ਆ ਦੇਖੋ ਜੀ ਨਿਸ਼ਾਨ ਲੱਗੇ ਹੋਏ ਐ ਤੇ ਅਮਨ ਕਿਦਾਂ ਰੇਆ ਫਿਰ ਤਜਰਬਾ ਵੋਟ ਪਾਣ ਦਾ ਵੋਟ ਆਪਣੀ ਮਰਜ਼ੀ ਨੂੰ ਪਾਇਆ ਗੋਟ ਆਪਣੀ ਮਰਜ਼ੀ ਨੇ ਪਾਈ ਜਦੋਂ ਅਸੀਂ ਤੁਹਾਡੇ ਨਾਲ ਪਹਿਲਾਂ ਗੱਲ ਕਰਦੇ ਹੁੰਦੇ ਸੀ ਆ ਕੇ ਤੁਸੀਂ ਕਹਿੰਦੇ ਸੀ ਅਸੀਂ ਤਾਂ ਬਾਈਕਾਟ ਕਰ ਦੇਣਾ ਵੋਟਾਂ ਦਾ ਅਸੀਂ ਤਾਂ ਵੋਟਾਂ ਪਾਣੀਆਂ ਨਹੀਂ ਹੈਗੀਆਂ ਸਾਨੂੰ ਸਰਕਾਰਾਂ ਨੇ ਕੁਝ ਨਹੀਂ ਦਿੱਤਾ ਹੁਣ ਤੁਸੀਂ ਵੋਟ ਪਾਏ ਹਾਂਜੀ ਹਮ ਪਰ ਉਹਨਾਂ ਨੇ ਉਹ ਮਿੰਤਾں ਕੰਨ ਲਾ ਕੇ ਮੈਂ ਵੀ ਆਦੀ ਵੀ ਵੋਟ ਪਾ ਜਾਂਦੇ ਆ ਤੇ ਤੁਸੀਂ ਪਿੰਗਲ ਕੇ ਉਹਨਾਂ ਦੀ ਮਿੰਤਾ ਨਾਲ ਨਹੀਂ ਮੈਂ ਵੀ ਕਹਿੰਦੀ ਫਿਰ ਜੇ ਨਾ ਵੋਟ ਪਾਈ ਤਾਂ ਫਿਰ ਕਣਕ ਨਹੀਂ ਮਿੰਨੀ ਫਿਰ ਉਹ ਅੱਛਾ ਹਾਂਜੀ ਇਹ ਕਿਸੇ ਨੇ ਕਿਹਾ ਸੀ ਤੁਹਾਨੂੰ ਕਿ ਜੇ ਵੋਟ ਨਾ ਪਾਈ ਤਾਂ ਕਣਕ ਨਹੀਂ ਮਿਲੂਗੀ। ਕੀ ਹੋਦਾ ਇਹ ਰੋੜਾ ਵਗੇ ਨਹੀਂਂ ਦੇ ਵੀ ਹਨਾ ਕਣਕ ਨਹੀਂ ਮਿਲਨੀ ਫਿਰ ਜੇ ਵੋਟਾਂ ਨਾ ਹੋਈਆਂ। ਅੱਛਾ। ਹਾਂਜੀ। ਫਿਰ ਤੁਸੀਂ ਵੋਟ ਪਾਏ ਜਾ ਕੇ। ਹਾਂਜੀ ਅਸੀਂ ਪਾਏ ਬੇ ਪਾਣੀ ਦੇ। ਹਾਂਜੀ ਸੋਚੀ ਸੰਭਲ ਕੇ ਪਾ ਕੇ ਆਏ। ਹਾਂਜੀ। ਫਿਰ ਤੁਸੀਂ ਦੋਵਾਂ ਭਰਾਵਾਂ ਨੇ ਸਲਾਹ ਕੀਤੀ ਸੀ ਕਿ ਕਿਹਨੂੰ ਵੋਟ ਪਾਣੀ ਚਾਹੀਦੀ ਏ ਕਿਦਾਂ ਕੀ ਸੋਚ ਸਮਝ ਕੇ ਕਿਦਾਂ ਪਾ ਕੇ ਆਏ ਇੱਕੋ ਬੰਦੇ ਨੂੰ ਪਾ ਕੇ ਆਏ ਦੋਨੇ ਦੋਨੇ ਪ੍ਰਾ ਵੋਟ ਨਹੀਂ ਹਮ ਅਲੱਗ-ਅਲੱਗ ਪਾ ਕੇ ਆਏ ਅਲੱਗ-ਅਲੱਗ ਪਾ ਕੇ ਆਏ ਹਾਂਜੀ ਠੀਕ ਹਤੋਂ ਆਪਣੀ ਮਰਜ਼ੀ ਨਾਲ ਜੀ ਆਪਣੀ ਮਰਜ਼ੀ ਨਾਲ ਹਾਂਜੀ ਅੱਛਾ ਹਾਂ ਜੀ ਪੰਦੇ ਇਕੱਠੇ ਹੁੰਨੇ ਹੋ ਤੁਸੀਂ ਰਾਤ ਨੂੰ ਇੱਥੇ ਸੌਂਦੇ ਕਿ ਅਲੱਗ-ਅਲੱਗ ਸੌਂਦੇ ਹੋ ਨਹੀਂ ਇਕੱਠੇ ਹੀ ਪੰਦੇ ਕਰ ਫਿਰ ਇੱਕ ਦੂਜੇ ਵੱਲ ਪਿੱਠ ਕਰਕੇ ਕੀਤੀ ਸੀ ਸਲਾਹ ਇਹ ਮਨ 'ਚ ਸੋਚਿਆ ਸੀ ਜਿਹੜਾ ਨਹੀਂ ਜੀ ਨਹੀਂ ਹਾਂ ਕਿ ਇੱਕ ਦੂਜੇ ਨਾਲ ਕਰ ਲਈ ਸੀ ਮੈਂ ਇਹਨੂੰ ਪਾ ਦਾਂਗਾ ਉਹਨੂੰ ਪਾਦੀ ਤੂੰ ਨਹੀਂ ਜੀ ਨਹੀਂ ਹਾਂ ਆਪਣੀ ਮਰਜ਼ੀ ਨਾਲ ਜੀ ਅੱਛਾ ਹਾਂ ਜੀ ਫਿਰ ਕੱਲ ਦਾ ਫਿਰ ਤੁਸੀਂ ਰਾਤ ਸੋਚੀ ਗਏ ਹੋਣੇ ਇੱਕ ਦੂਜੇ ਵੱਲ ਪਿੱਠ ਕਰਕੇ ਵੀ ਮੈਂ ਕਿਹਨੂੰ ਪਾਵਾਂ ਨਹੀਂ ਜੀ ਨਹੀਂ ਹਾਂ ਉਹ ਆਪਣੀ ਜੋਇ ਚਾਹ ਜੋ ਮਨ 'ਚ ਹੂੰ ਆਪਣੀ ਮਰਜ਼ੀ ਨਾਲ ਪਾ ਗਿਆ ਆਪਣੀ ਮਰਜ਼ੀ ਨਾਲ ਪਾ ਕੇ ਆਈ ਹਾਂਜੀ ਅੱਛਾ ਫਿਰ ਇਕੱਲਾ ਹੀ ਪਾ ਕੇ ਆਇਆ ਸੀ ਅੰਦਰ ਜਾ ਕੇ ਵੋਟ ਨਹੀਂ ਮੰਮੀ ਥੀ ਕਿ ਨਾਲ ਅੱਛਾ ਮੰਮੀ ਨੂੰ ਭੇਜ ਦਿੱਤਾ ਸੀ ਉਹਨਾਂ ਨੇ ਹਾਂਜੀ ਅੱਛਾ ਫਿਰ ਤੂੰ ਮੰਮੀ ਦੇ ਕੰਨ ਚ ਦੱਸਿਆ ਸੀ ਵੀ ਮੈਂ ਕਿਹੜਾ ਬਟਨ ਦਬਣਾ ਕਿ ਆਪੀ ਬਟਨ ਆਪ ਹੀ ਦਬਿਆ ਸੀ ਨਹੀਂ ਮੰਮੀ ਨੇ ਹੱਥ ਵੜ ਕੇ ਦਬਾ ਦਿੱਤਾ ਸੀਗਾ ਅੱਛਾ ਹਾਂਜੀ ਠੀਕ ਹੈ ਤੇ ਓਂਕਾਰ ਫਿਰ ਓਂਕਾਰ ਕਿੱਦਾਂ ਪਾ ਕੇ ਆਇਆ ਹਾਂਜੀ ਮੰਮੀ ਨਾਲ ਹੀ ਗਏ ਸੀ ਹਾਂਜੀ ਹਾਂਜੀ ਅੱਛਾ ਬਾਰੀ ਬਾਰੀ ਮੰਮੀ ਨੇ ਦਬਾਇਆ ਬਟਨ ਜਾ ਕੇ ਹਾਂ ਹਾਂ ਤੇ ਮੈਂ ਤਦ ਬਣਾ ਨਹੀਂ ਤਾਲੀ ਹਾਂ ਪਤਾ ਨਹੀਂ ਸੀ ਲੱਗਣਾ ਹਨਾ ਹਾਂ ਜੀ ਹਾਂ ਫਿਰ ਤੁਹਾਨੂੰ ਵੀ ਲੈਣਾ ਸੀ ਬੰਦੇ ਜਿਹੜੇ ਕਹਿੰਦੇ ਵੋਟ ਪਾਣ ਲਈ ਨਹੀਂ ਹਾਂ ਜੀ ਆਏ ਤੇ ਮੈਂ ਤਾਂ ਬਹੁਤ ਗੱਲਾਂ ਦੀਆਂ ਦਾਨਾ ਦਰ ਖੁਸ਼ੀਆਂ ਨਾਲ ਹਾਂ ਮੈਂ ਤਾਂ ਬਹੁਤ ਕੀਤੀਆਂ ਹੈ ਹਾਂ ਜੀ ਹਾਂ ਕੀ ਕਹਿੰਦੇ ਸੀ ਕੰਨੇ ਬੋਟਮ ਆ ਇਹ ਜਿ ਮਨੰਗ ਡੈਮਨ ਤਾਂ ਇਹ ਲੱਗੇ ਤੱਕਣੇ ਅੰਦਰ ਲੱਗੇ ਜਾਨੋ हाँ जी, हाँ जी। हाँ जी, हाँ जी। अच्छा हां जी हां जी ਨਾਲੇ ਤੁਸੀਂ ਕਹਿੰਦੇ ਮਿੰਤਾ ਕਰੀਏ ਨਾਲੇ ਕਹਿੰਦੇ ਧੱਕਾ ਕਰਿਆ हां जी हां जी ਫੜ ਕੇ ਲੈ ਗਏ ਅੰਦੇ ਪਾ ਪਾਉ ਤਾਂ ਨਹੀਂ اچھا हां जी हां जी ਜੇ ਮਿੰਤਾ ਕੀਤੀ ਫਿਰ ਤੇਰਾ ਮਨ ਪਿੰਗਲ ਗਿਆ ਹੈ ਵੀ ਚਲੋ ਪਾਈ ਦਨੇ ਆ हां हां जी ਜਿੱਦੋਂ ਆਨ ਪਾਤੀਂ ਪਹਿਲਾਂ ਫਿਰ ਤੁਸੀਂ ਮਨ ਬਣਾਇਆ ਹੋਇਆ ਸੀ ਵੀ ਪਾਣੀ ਨਹੀਂ ਫਿਰ ਇੱਕੇ ਦਮ ਸੋਚ ਲਿਆ ਫਿਰ ਵੀ ਕਿਨੂੰ ਪਾਣੀ ਆ ਇਹ ਕਹਿੰਦਾ ਲੱਗ ਲੱਗ ਪਾਈ ਅਸੀਂ ਵੋਟ हां जी ਲੱਗ ਲੱਗ اچھا हां जी ਉਹਦਾ ਦੱਸਤਾ ਸੀ ਤੂੰ ਇਹਨੂੰ ਵੀ ਮੈਂ ਕਿਨੂੰ ਪਾਣੀ ਆ ਹਾਂ ਜੀ ਅੱਛਾ ਠੀਕ ਹੈ ਤੇ ਫਿਰ ਗੱਡੀ ਚ ਲੈ ਕੇ ਗਏ ਗੱਡੀ ਵਿੱਚ ਲੈ ਕੇ ਤਾਂ ਇਹ ਪਹਿਲਾਂ ਮੰਮੀ ਲੈ ਕੇ ਆਈ ਉੱਥੋਂ ਜਾ ਕੇ ਹਾਂ ਤਾਂ ਵੇ ਲੱਗੇ ਗਏ ਸੇ ਅੱਛਾ ਹਾਂ ਜੀ ਤੇ ਤੁਹਾਨੂੰ ਨਾਲ ਕਿਹਾ ਸੀ ਨਾ ਪਹਿਲਾਂ ਵੀ ਫਿਰ ਗੱਡੀਆਂ ਚ ਲੈ ਕੇ ਜਾਂਦੇ ਹੁਣ ਹੁਣ ਕਦੀ ਤੁਸੀਂ ਉਹਨਾਂ ਨੂੰ ਇਹ ਪੁੱਛਿਆ ਸਵਾਲ ਵੀ ਜਦ ਜਿੱਤ ਜੋਗੇ ਫਿਰ ਸਾਨੂੰ ਗੱਡੀਆਂ ਚ ਲੈਣ ਆਇਆ ਕਰੋਗੇ ਪੁੱਛਿਆ ਸੀ ਨਹੀਂ ਜੀ ਮੌਕਾ ਹੀ ਨਹੀਂ ਦਈ ਪੜਾ ਦੋ ਮਨ ਆ ਪਹੇ ਗਏ ਹੋ ਫਿਰ ਪੁੱਛਣਾ ਸੀਗਾ ਮੈਂ ਵੀ ਹੁਣ ਤਾਂ ਤੁਸੀਂ ਕੱਢਿਆ ਅੱਜ ਲੈ ਗਏ ਜਾਂਦੇ ਬਾਅਦ ਵਿੱਚ ਫਿਰ ਬਾਅਦ ਮੋਂਦਾ ਤੂੰ ਜੀ ਆਣਾ ਨਹੀਂ ਸਵਾਲ ਪੁੱਛਣ ਦਾ ਮੌਕਾ ਨਹੀਂ ਦਿੱਤਾ ਉਹਨਾਂ ਨੇ ਹੈਨਾ ਮੌਕਾ ਹੀ ਨਹੀਂ ਮਿਲੇ ਜੀ ਜੀ ਤੇ ਫਿਰ ਕੀ ਆ ਕੇ ਮਿੰਤਾ ਕਿਦਾਂ ਕਰਦੇ ਸੀ ਵੀ ਸਾਨੂੰ ਵੋਟ ਪਾ ਦਿਓ ਅੱਛਾ ਹਾਂਜੀ ਸਾਨੂੰ ਵੋਟ ਪਾ ਦਿਓ ਇਦਾਂ ਕਹਿੰਦੇ ਸੀ ਹਾਂਜੀ ਬੇ ਟੜ ਨੂੰ ਟੜ ਵਾਲੇ ਕੰਦੇ ਜੜ ਨੂੰ ਪਾ ਦਿਓ ਹਾਂ ਤੱਕੜੀ ਵਾਲੀ ਤੱਕੜੀ ਨੂੰ ਕੰਦੇ ਦੇ ਪਾ ਦਿਓ ਫਿਰ ਤੁਸੀਂ ਗਏ ਇੱਕ ਬੰਦੇ ਨਾਲੇ ਸੀ ਕਿ ਕੋਈ ਲੱਗ ਇਹਨੂੰ ਕੋਈ ਲੈ ਗਿਆ ਤੇ ਤੈਨੂੰ ਕੋਈ ਲੈ ਗਿਆ ਨਹੀਂ ਜੀ ਇਕੱਠੇ ਇਕੱਠੇ ਨੂੰ ਲੈ ਗਏ ਸੀ ਹਾਂ ਹਾਂਜੀ ਲੈ ਕੇ ਫਿਰ ਤੁਹਾਨੂੰ ਇੱਕ ਪਾਰਟੀ ਵਾਲਾ ਗਿਆ ਤੁਸੀਂ ਵੋਟ ਲੱਗ ਲੱਗ ਪਾਇਆ ਏ ਹਾਂਜੀ ਤੁਸੀਂ ਦਿਮਾਗ ਵਰਤ ਲਿਆ ਆਪਣਾ ਹਾਂਜੀ ਆਪਣੀ ਮਰਜ਼ੀ ਨਾਲ ਅੱਛਾ ਹਾਂਜੀ ਤੁਸੀਂ ਫਿਰ ਇਹ ਸੋਚਿਆ ਵੀ ਲੈ ਭਰਾ ਜਿਹੜੇ ਮਰਜ਼ੀ ਜਾਓ ਵੋਟਰ ਅਸੀਂ ਮਰਜ਼ੀ ਨਾਲੇ ਪਾਉਣੀ ਹੈ ਹਾਂਜੀ ਹਾਂਜੀ ਉਹਨਾਂ ਨੂੰ ਕਹਿਤਾ ਸੀ ਇਦਾਂ ਨਹੀਂ ਉਹਨਾਂ ਨੂੰ ਨਹੀਂ ਦੱਸਿਆ ਕੁਝ ਵੀ ਹਾਂ ਉਹਨਾਂ ਨੂੰ ਕਿਹਾ ਤੁਹਾਨੂੰ ਹੀ ਪਾ ਦਾਂਗੇ ਹੈ ਹਾਂਜੀ ਅਸੀਂ ਜਿਹੜਾ ਵੀ ਕੰਦਰ ਹੁਣ ਵੀ ਕੰਦੇ ਪਾ ਦਾਂਗੇ ਪਾ ਦਾਂਗੇ ਅੱਛਾ ਹਾਂਜੀ ਠੀਕ ਹੈ ਹਾਂਜੀ ਅਸੀਂ ਹਾਂ ਚਲੋ ਹੁਣ ਉਮੀਦ ਹੈਗੀ ਆ ਕੁਝ ਕੇ ਵਧੀਆ ਬਣ ਸਕੂਗਾ ਜਿੱਦਾਂ ਤੁਸੀਂ ਤੁਸੀਂ ਕਿਹਾ ਕਿ ਸੋਚ ਸਮਝ ਕੇ ਪਾਈ ਅਸੀਂ ਵੋਟ ਜਿਹਨੂੰ ਜਿਹਨੂੰ ਤੁਸੀਂ ਵੋਟ ਪਾਈ ਹੈ ਲੱਗਦਾ ਹੈ ਕਿ ਉਹ ਤੁਹਾਡਾ ਕੁਝ ਸਵਾਰ ਦੇਣਗੇ ਜੇ ਉਹ ਸਾਡਾ ਕਰਾਂਗੇ ਕਰੂਏ ਫਤਾਸੀ ਠੀਕ ਹੈ ਮੰਨੂਗੇ ਜੇ ਨਾ ਕੀਤਾ ਤਾਂ ਅਸੀਂ ਬੋਲਾਂਗੇ ਹਮ ਆਪਣਾ ਹੱਕ ਮੰਗਾਂਗੇ ਹਮ ਆਪਣਾ ਰੋਜ਼ਗਾਰ ਮੰਗਾਂਗੇ ਹਮ ਹਨਾ ਜੀ ਹਮ ਆਪਣੀ ਜੋ ਅਸੀਂ ਹੁਣ ਕਮਾਣੀ ਖੁਦ ਬਾਹਰ ਅੰਦਰ ਹਮ ਅਸੀਂ ਸਾਰੀਆਂ ਡਿਮਾਂਡਾਂ ਰੱਖਾਂਗੇ ਫੇਰ ਹਮ ਜੇ ਨਾ ਕੁਝ ਕਰਿਆ ਹਾਂਜੀ ਜੇ ਉਹਨਾਂ ਨੇ ਨਾ ਪੂਰੀਆਂ ਕੀਤੀਆਂ ਫੇਰ ਫੇਰ ਜੀ ਅਸੀਂ ਬੋਲਾਂਗੇ ਹਮ ਹਾਂ ਆਵਾਜ਼ ਬੁਲੰਦ ਕਰਾਂਗੇ ਆਪਣੀ ਹਾਂਜੀ ਹਾਂਜੀ ਹਮ ਕਿਹਦੇ ਜ਼ਰੀਏ ਹਾਂ ਜੀ ਕਿ 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 ਕਿਥੇ ਥਰੂ ਆਵਾਜ਼ ਬੁਲੰਦ ਕਰੋਗੇ ਫਿਰ ਕਿਹਨੂੰ ਫੋਨ ਕਰਕੇ ਕਹੋਗੇ ਵੀ ਅਸੀਂ ਆਵਾਜ਼ ਬੁਲੰਦ ਕਰਨੀ ਆ ਵੀ ਸਾਡੇ ਕੋਲ ਆ ਜਾਓ ਫਿਰਤਾ ਜੀ ਬੀਤ ਨੂੰ ਲਾਂਗੇ ਕਿਹੜੇ ਵੀਰ ਜੀ ਨੂੰ ਥਲੀਆਲਨ ਜੀ ਅੱਛਾ ਹਾਂ ਜੀ ਥਲੀ ਭਾਜੀ ਨੂੰ ਬੁਲਾ ਲੈਣਾ ਫਿਰ ਤੁਸੀਂ ਹਾਂ ਜੀ ਚਲੋ ਤੁਹਾਡੇ ਕੋ ਮੌਕਾ ਹੈਗਾ ਹਨਾ ਤੁਹਾਡੇ ਕੋਲ ਦਾ ਬੰਦਾ ਹੈਗਾ ਵੀ ਜਿਹਦੀ ਸਾਰਾ ਪੰਜਾਬ ਤੱਕ ਆਵਾਜ਼ ਜਾਂਦੀ ਹੈ ਹਨਾ ਹਾਂ ਜੀ ਹਾਂ ਜੀ ਹਾਂ ਫਿਰ ਤੁਸੀਂ ਫੋਨ ਕਰਦੇ ਹੋਣੇ ਜਦੋਂ ਤੁਹਾਨੂੰ ਕੋਈ ਲੋੜ ਹੁੰਦੀ ਹੈ ਭਾਜੀ ਨੂੰ ਹਾਂਜੀ ਹਾਂਜੀ ਕਦੇ ਹੋਇਆ ਚੱਕਰ ਦੇਣੀ ਹੈ ਜੀ ਬਿਜ਼ੀ ਹੋ ਜਾਂਦਾ ਅੱਛਾ ਕਈ ਵਾਰ ਬਿਜ਼ੀ ਆ ਜਾਂਦਾ ਕਈ ਵਾਰ ਚੱਕ ਵੀ ਲੈਂਦੇ ਹਨਾ ਹਾਂਜੀ ਹਾਂਜੀ ਹੂੰ ਠੀਕ ਐ ਫਿਰ ਹੁਣ ਵੋਟ ਜਦੋਂ ਪਾ ਕੇ ਪਹਿਲੀ ਵਾਰੀ ਪਾਈ ਸੀ ਇਹ ਪਹਿਲੀ ਵੋਟ ਆਈ ਪਹਿਲੀ ਵੋਟ ਹਾਂਜੀ ਜ਼ਿੰਦਗੀ ਦੀ ਪਹਿਲੀ ਹਾਂਜੀ ਹੂੰ ਕਿੱਦਾਂ ਦਾ ਫਿਰ ਲੱਗਿਆ ਮਹਿਸੂਸ ਕਿੱਦਾਂ ਹੋਇਆ ਜਦ ਬਟਨ ਦੱਬਿਆ ਸੀ ਕੀ ਕੀ ਕੋਈ ਉੱਥੇ ਆਵਾਜ਼ ਵੀ ਆਂਦੀ ਹੈ ਨਾ ਬੀਪ ਦੀ ਹਾਂਜੀ ਹਾਂਜੀ ਹੂੰ ਕਿੱਦਾਂ ਦਾ ਮਹਿਸੂਸ ਹੋਇਆ ਫਿਰ ਤੇ ਦੇਖਦੇ ਲੱਗਾ ਪਰ ਇਹਨਾਂ ਨੇ ਹਾਂ ਗਿਨਾ ਹੋ ਸਕਦਾ ਐਕਸਾਈਟਮੈਂਟ ਨਹੀਂ ਹੋਈ ਇਹਨ ਵਧੀਆ ਨਜ਼ਾਰਾ ਜ ਨਹੀਂ ਆ ਗਿਆ ਵੀ ਅੱਜ ਵੋਟ ਪਾਤੀ ਪਹਿਲੀ ਵੋਟ ਹੈ ਨਹੀਂ ਜੀ ਨਹੀਂ ਹੂੰ ਮੈਂ ਸੋਚਿਆ ਸੀ ਮੱਕਾ ਕਰਨਾ ਤਾਂ ਕੋਈ ਹੈ ਨਹੀਂ ਨੰਨੇ ਹੂੰ ਤਲ ਪਾਦੀ ਹੈ ਜੇ ਨਹੀਂ ਕਰਨਗੇ ਫਿਰ ਅਸੀਂ ਪੁੱਛਾਂਗੇ ਹਾਂਜੀ ਤੇ ਤੁਸੀਂ ਮਤਲਬ ਬਹੁਤਾ ਕੋਈ ਮਨਚ ਚਾਹ ਨਹੀਂ ਸੀ ਹੈਗਾ ਵੈਸੇ ਕਾਰ ਆਏ ਵੀ ਚਲੋ ਕਰਨਾ ਤਾਂ ਹੈ ਨਹੀਂ ਦੇਖ ਲੈਣੇ ਹਨ ਇੱਕ ਮੌਕਾ ਦੇ ਦਿੰਦੇ ਆ ਹੂੰ ਬੀਜ ਨਾ ਕਰਿਆ ਫਿਰ ਅਗਲੀ ਵਾਰੀ ਕੈਂਸਲ ਆ ਵੋਟਾਂ ਫਿਰ ਜਦ ਅਗਲੀ ਵਾਰੀ ਆਉਂਗੇ 5 ਸਾਲ ਬਾਅਦ ਫਿਰ ਅਸੀਂ ਕਵਾਂਗੇ ਵੀ ਜਿਹੜੀ ਪਿਛਲੇ ਸਾਲ ਵੋਟਾਂ ਸੀਗੀਆਂ 2022 ਦੀਆਂ ਵੀ ਉਦੋਂ ਤਾਂ ਅਸੀਂ ਸਾਰੇ ਕੁਝ ਕਰੂਗੇ ਪੀ ਹੁਣ ਹੁਣ ਤੁਹਾਡੀ ਹੋ ਗਿਆ ਜੀ ਗਰਾਰੀ ਅਟ ਗਈ ਜੀ ਬਸ ਇੱਥੇ ਹੀ ਗੱਲ ਕਰਦਾ ਆਂਗਾ ਮੈਂ ਹਾਂ ਜਿੱਦਾਂ ਉਹਨਾਂ ਨੇ ਇਸ ਵਾਰੀ ਮੌਕਾ ਨਹੀਂ ਦਿੱਤਾ ਫਿਰ ਅਗਲੀ ਵਾਰੀ ਜੇ ਉਹਨਾਂ ਨੇ ਨਾਮ ਬੋਲਣ ਦਿੱਤਾ ਪਹਿਲਾਂ ਤਾਂ ਉਹਨਾਂ ਨੂੰ ਕਹਿ ਦੀ कि मेरी गल सुनो पहला मैं सवाल करना एक हां जी फिर ਤਾਂ ਕਹੂੰਗਾ ਮੈਂ ਜੇ ਨਾਲ ਕੁਝ ਕਰਿਆ ਇਹਨਾਂ ਨੇ ਹੂੰ ਫਿਰ ਤਾਂ ਮੈਂ ਕਹੂੰਗਾ ਜੀ ਇਸ ਵਾਰੀ ਪਹਿਲੀ ਵੋਟ ਸੀ ਤਾਂ ਨਹੀਂ ਕਿਹਾ ਹਨਾ ਹਾਂ ਜੀ ਹਾਂ ਚਲੋ ਬਹੁਤ ਵਧੀਆ ਹੋ ਗਿਆ ਮੁਬਾਰਕਾਂ ਤੁਹਾਨੂੰ ਵੋਟ ਪਾਤੀ ਤੁਸੀਂ ਸੂਝਵਾਨ ਵੋਟਰ ਹੈਨਾ ਚਲੋ ਮਾਤਾ ਜੀ ਨਾਲ ਵੀ ਗੱਲ ਕਰਦੇ ਆਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵੋਟ ਪਾਇਆ ਏ ਅੱਜ ਹਾਂਜੀ ਵੋਟ ਪਾਇਆ ਏ ਅਮਨਕਾਰ ਦੱਸਦੇ ਆ ਕਿ ਲੈਂਡ ਆਏ ਸੀ ਘਰੇ ਵੋਟ ਪਾਣ ਹਾਂ ਉਹ ਆਏ ਤੇ ਬੋਟਾ ਆਲੇ ਘਰਾਂ ਤੇ ਇਹ ਕਹਿੰਦੇ ਵੀ ਆਂਟੀ ਵੋਟ ਪਾਣੀ ਜ਼ਰੂਰ ਹਾਂ ਪਹਿਲਾਂ ਤਾਂ ਮੈਂ ਜਿਹੜੀ ਪਹਿਲਾ ਪਾਰਟੀ ਆਈ ਉਹਨਾਂ ਤਾਂ ਨਾ ਮੈਂ ਲੜ ਪਈ ਮੇਰੀ ਝੰਡ ਪੈ ਗਈ ਬਹੁਤ ਜ਼ਿਆਦਾ ਹਾਂ ਮੈਂ ਕਹਾ ਤੁਸੀਂ ਆਈ ਵਾਰੀ ਤਾਂ ਹੱਥ ਜੋੜਨਦੇ ਵੀ ਸਾਨੂੰ ਵੋਟਾਂ ਪਾਓ ਤੁਸੀਂ ਗਰੀਬਾਂ ਨੂੰ ਦੇਖਦੇ ਵੀ ਹੈਗੇ ਤੁਸੀਂ ਵੋਟਾਂ ਕਾਹਦੇ ਬਾਤ ਲੈਣ ਆਂਦੇ ਠੀਕ ਆ ਤੁਸੀਂ ਤਾਂ ਉਹਨੇ ਵੋਟਾਂ ਲੈ ਕੇ ਲੰਘ ਜਾਂਦੇ ਗਰੀਬਾਂ ਨੂੰ ਤੁਸੀਂ ਪੁੱਛਦੇ ਨਹੀਂ ਮੈਂ ਕਹਾ ਮੇਰੇ ਕੱਚੇ ਮਕਾਨ ਦੀ ਫੋਟੋ ਲਈਤੀ ਤੁਸੀਂ ਤੇ ਨਹੀਂ ਨਹੀਂ ਲਈ ਕਿ ਨਹੀਂ ਲਈਤੀ ਕਹਿੰਦੇ ਹਾਂ ਸਾਨੂੰ ਪਤਾ ਨਹੀਂ ਲਈ ਹੋਣੀ ਆ ਮੈਂ ਕਹਾ ਮੇਰੇ ਮਕਾਨ ਦੇ ਪੈਸੇ ਕਟਾਤੇ ਉਹ ਕਹਤੇ ਕਢਾਏ ਆ ਇਹਨਾਂ ਦੇ ਕਰਕੇ ਪੈਸੇ ਕਟਾਤੇ ਮਤਲਬ ਹਾਂਜੀ ਪੈਸੇ ਕਟਾਤੇ ਕਹਿੰਦੇ ਵੀ ਇਹਨੇ ਮਕਾਨ ਪੈ ਗਿਆ ਇਹਨਾਂ ਨੂੰ ਪੈਸੇ ਨਹੀਂ ਦੇਣੇ ਮਕਾਨ ਦੇ ਗਵਰਨਮੈਂਟ ਵੱਲੋਂ ਤੁਹਾਡੇ ਪੈਸੇ ਆਏ ਸੀ ਹਾਂਜੀ ਉਹ ਸਾਰੇ ਪੈਸੇ ਆਏ ਤੇ ਗਵਰਨਮੈਂਟ ਤੇ ਮਕਾਨ ਦੇ ਪੈਸੇ ਆ ਤੇ ਜਿਹੜਾ ਕੋਈ ਡੀਸੀ ਦਾ ਨਾਲ ਹੋਣਾ ਉਹਨੇ ਕਿਹਾ ਕਿ ਨਾ ਵੀ ਇਹਨਾਂ ਦਾ ਮਕਾਨ ਬਣ ਗਿਆ ਵੀ ਇਹਨਾਂ ਦੇ ਪਿਓ ਲੈਟ ਦੋਸੇ ਪਾਣੇ ਨੂੰ ਉਹ ਕਟਵਾਤੇ ਕਹਿ ਕੇ ਤੇ ਫਿਰ ਉਹ ਤੇ ਬਾਤ ਜਰ ਹੁਣ ਸਾੜੇ ਪੈਸੇ ਕਟਾਉਂਦੇ ਫੇ ਮੋਟਾ ਨੂੰ ਇਹੀ ਕਿਹਾ ਮੈਂ ਕਿ ਜੈਸਾ ਨੂੰ ਕੋਈ ਮਦਦ ਤੇ ਨਹੀਂ ਮਿਲਦੀ ਸਾਨੂੰ ਬੋਟਾ ਪਾ ਕੇ ਕੀ ਫਾਇਦਾ ਹੈ ਨਹੀਂ ਬੋਟ ਪਾਇਤ ਜਨ ਤਾਂ ਹੈ ਜੀ ਸਾਢੇ ਕੁਸ ਸਾਢੇ ਪੱਲੇ ਬਾਬਾ ਸਾਰੇ ਸਾਲ ਅਸੀਂ ਵੋਟ ਪਾਉਂਦੇ 5 ਸਾਲ ਬਾਅਦ ਵੋਟ ਪਾਉਂਦੇ ਆ ਜਾਂ ਤਾਂ ਤੁਸੀਂ ਹੱਥ ਜੋੜ ਦਿੰਦੇ ਆ ਵੀ ਬੋਟ ਤਾਂ ਅਸੀਂ ਤਾਂ ਪਾਉਂਗੇ ਦੇ ਸਾਢੇ ਕੁਸ ਬਣਾਉਂਗੇ ਵੀ ਕਨੇ ਬੀਜਾ ਸਾਢੇ 10 ਸਾਢੇ 9 ਬਾਰੇ ਨਹੀਂ ਸੋਚਦੇ ਕੁਛ ਸਾਢੇ 12 ਬਾਰੇ ਨਹੀਂ ਸੋਚੇ ਹਾੜ ਆਇਆ ਤਾਂ ਹਾੜ ਵੀ ਸਾਢਾ ਮਗਾਣ ਪਿਆ ਸੋਚੇ ਸਾਢੇ ਅੱਜ ਵਾ ਅੱਜ ਤੱਕ ਤੁਸੀਂ ਕਿਸੇ ਕਹਿੰਦੇ ਸਾਨੂੰ ਇੱਕ ਮੌਕਾ ਦੇ ਦਿਓ ਚਲੋ ਕਹਿੰਦੇ ਇੱਕ ਮੌਕਾ ਦੇ ਦੋ ਅੱਜ ਕੱਲ ਦੇ ਦਿੰਦੇ ਆ ਵੀ ਤੇ ਸਾਡਾ ਨਾਂ ਉਸ ਕਰਾ ਫੇਰ ਮੌਕਾ ਕਿੱਥੇ ਗਿਆ ਸਾਡਾ ਕਹਿੰਦੇ ਸਾਨੂੰ ਬਾਅਦ ਵਿੱਚ ਫੜ ਲਿਓ ਆਕੇ ਮੈਂ ਬਾਅਦ ਵਿੱਚ ਕਿੱਥੇ ਫੜੂੰਗਾ ਆਕੇ ਤੁਸੀਂ ਕਰ ਸਾਡੇ ਹੱਥ ਆਣਾ ਕਿਹੜਾ ਸਾਨੂੰ ਅਸੀਂ ਫੜਨਾ ਹੈ ਵੀ ਚਲੋ ਕੋਈ ਨਾ ਸੀ ਬੋਰਡ ਨਹੀਂ ਰੱਖੂਗਾ ਤੁਹਾਨੂੰ ਪਾ ਦੂੰਗੇ ਚਲੋ ਇਹ ਉੱਥੇ ਬਾ ਦੋਈ ਪਾਰਟੀ ਵਾਲੀ ਆ ਕੇ ਉਹ ਵੀ ਇੱਕਣ ਕਹਿਣ ਲੱਗੇ ਉਹਨਾਂ ਗਾਲੀ ਵੀ ਤੁਸੀਂ ਹੁਣ ਕਿਸੇ ਤੋਂ ਕਨਵਿੰਸ ਹੋ ਕੇ ਵੋਟ ਤਾਂ ਨਹੀਂ ਪਾਈ ਕਿਸੇ ਨੇ ਤੁਹਾਨੂੰ ਮਜਬੂਰਤਾ ਨਹੀਂ ਕੀਤਾ ਨਹੀਂ ਮਜਬੂਰ ਨਹੀਂ ਝਾੜੂ ਵਾਲੇ ਵੀ ਕਹਿੰਦੇ ਸਾਨੂੰ ਇੱਕ ਮੌਕਾ ਦੇ ਦਿਓ ਤੇ ਦੂਏ ਵੀ ਤਖੜੀ ਵਾਲੇ ਵੀ ਕਹਿੰਦੇ ਇੱਕ ਮੌਕਾ ਦੇ ਦਿਓ ਬਹੁਤ ਜੋ ਵੀ ਜਿੰਨੂੰ ਵੀ ਤੁਸੀਂ ਪਾਈ ਹੈ ਮੈਂ ਨਹੀਂ ਚਾਹੁੰਦਾ ਕਿ ਤੁਸੀਂ ਦੱਸੋ ਕਿ ਤੁਸੀਂ ਕਿੰਨੂੰ ਪਾਈ ਹੈ ਪਰ ਜਿੰਨੂੰ ਵੀ ਤੁਸੀਂ ਪਾਈ ਆ ਕਿਸੇ ਨੇ ਮਜਬੂਰ ਮਜਬੂਰੀ ਥੱਲੇ ਕਿਸੇ ਦੇ ਦਬਾਅ ਥੱਲੇ ਤਾਂ ਨਹੀਂ ਵੋਟ ਪਾਈ ਨਹੀਂ ਦਬਾਅ ਥੱਲੇ ਅਸੀਂ ਕਿਸੇ ਦੇ ਨਹੀਂ ਆਏ ਫਿਰ ਅਸੀਂ ਸੋਚਿਆ ਵੀ ਚਲੋ ਇੱਕ ਮੌਕਾ ਦੇਖ ਲੈਂਦੇ ਆ ਦੇ ਨਾ ਇਹਨਾਂ ਨੇ ਸਾਡਾ ਕੁਝ ਬਣਾਇਆ ਤੇ ਅਸੀਂ ਗਾਹਾਂ ਨੂੰ ਵੋਟ ਨਹੀਂ ਪਾਉਂਗੇ ਅਸੀਂ ਮਾ ਉਨ੍ਹਾਂ ਨੂੰ ਇਹ ਵੀ ਦੱਸਤਾ ਤੇ ਵੀ ਅਸੀਂ ਵੀਡੀਓ ਵਿੱਚ ਕਹਤਾ ਵੀ ਅਸੀਂ ਵੋਟ ਨਹੀਂ ਪਾਣੀ ਤੁਸੀਂ ਸਾਨੂੰ ਮਨਜ਼ੂਰ ਕਰ ਰਹੇ ਅਸੀਂ ਇੱਕ ਵੋਟ ਦੇਖਣ ਨੂੰ ਪਾ ਕੇ ਚਲੋ ਵੋਟ ਪਾਣਾ ਸਾਰਿਆਂ ਦਾ ਅਧਿਕਾਰ ਹੈ ਸਾਰਿਆਂ ਨੂੰ ਪਾਣੀ ਚਾਹੀਦੀ ਹੈ ਕਿਉਂਕਿ ਜੇ ਅਸੀਂ ਆਪਣਾ ਭਵਿੱਖ ਛੋੜਨਾ ਤਾਂ ਸਾਨੂੰ ਵੋਟ ਜ਼ਰੂਰ ਕਰਨੀ ਚਾਹੀਦੀ ਹਾਂ ਜੀ ਵੋਟ ਪਾਣ ਸਾਰਿਆਂ ਤੱਕ ਮੰਨੇ ਨਹੀਂ ਤਾਂ ਕਰਦਾ ਹੈਗਾ ਮੈਂ ਨਿਆਣਿਆਂ ਨੂੰ ਵੀ ਕਹਤਾ ਤਾਂ ਮੈਂ ਵੀ ਕਹਤਾ ਮਗਾਸੀ ਆਤ ਕੀ ਵੋਟ ਨਹੀਂ ਪਾਣੀ ਫਿਰ ਮੈਂ ਸੋਚਿਆ ਚਲੋ ਕੋਈ ਨਾ ਇੱਕ ਮੌਕਾ ਦੇਖ ਲੈਂਦੇ ਮਿੰਟਾ ਕਰਦੇ ਚਲ ਵੋਟ ਪਾ ਕੇ ਦੇਖ ਲੈਂਦੇ ਫਿਰ ਮੈਂ ਉੱਥੇ ਗਈ ਆ ਵੋਟ ਪਾਣ ਉਹ ਕਹਿੰਦੇ ਤੁਸੀਂ ਆਂਟੀ ਨਿਆਣੇ ਬੱਚੇ ਲੈ ਕੇ ਨਹੀਂ ਆ ਮਗਾ ਮੇਰ ਕੋ ਕਾੜੇ ਗੱਡੀਆਂ ਮੋਟਰਾਂ ਕਾੜੀਆਂ ਗਣੇ ਮੈਂ ਲੈ ਕੇ ਆਣਾ ਹੂੰ ਕਹਿੰਦੇ ਅਸੀਂ ਆਪ ਲੈ ਕੇ ਆਂਦੇ ਆ ਫਿਰ ਉਹ ਆਪ ਲੈ ਕੇ ਗਏ ਇਹਨਾਂ ਨੂੰ ਫਿਰ ਤਨ ਅਲੋਕ ਕਰਤਾ ਸੀ ਉਹਨਾਂ ਨੇ ਕਿ ਤੁਸੀਂ ਨਾਲ ਜਾ ਕੇ ਵੋਟ ਇਹਨਾਂ ਦੀ ਪਾ ਸਕੋ ਹਾਂਜੀ ਕਹਿੰਦੇ ਅਸੀਂ ਨਾਲ ਲੈ ਜਾਂਦੇ ਬੱਚਿਆਂ ਨੂੰ ਅੰਦਰ ਕਹਿੰਦੇ ਅਸੀਂ ਵੋਟ ਪਾਉਂਦੇ ਆ ਮੈਂ ਕਿਹਾ ਬੱਚਿਆਂ ਤੁਸੀਂ ਮੇਰੇ ਅੰਦਰ ਲੈ ਕੇ ਨਹੀਂ ਜਾ ਸਕਦੇ ਮੈਂ ਆਪਣੇ ਬੱਚਿਆਂ ਨੂੰ ਆਪ ਲੈ ਕੇ ਜਾਉਂਗੀ ਅੰਦਰ ਵੋਟ ਅਸੀਂ ਜਿੰਨੂੰ ਮਰਜ਼ੀ ਪਾਈਏ ਉਹ ਸਾਡੇ ਦਿਲ ਦਿਲ ਕਰੂਗਾ ਕਿੰਨੋ ਸਪਾਣੀ ਪਾ ਦਣੀ ਫਿਰ ਮੈਂ ਆਪੀ ਲੈ ਕੇ ਗਈ ਨਾ ਬੱਚਿਆਂ ਨੂੰ ਕਿਸੋ ਤੁਸੀਂ ਵਧੀਆ ਕੀਤਾ ਕਿ ਤੁਸੀਂ ਆਪ ਨਾਲ ਜਾ ਕੇ ਹਾਂ ਜਿਹੜਾ ਜੋ ਇਹਨਾਂ ਨੇ ਕਿਹਾ ਸੀ ਉਸ ਹਿਸਾਬ ਨਾਲ ਤੁਸੀਂ ਪਾਈਆਂ ਹਾਂਜੀ ਉਸ ਹਿਸਾਬ ਨਾਲ ਮੈਂ ਪਾਈਆਂ ਜਿਹੜੇ ਹਿਸਾਬ ਨਾਲ ਨਿਆਣੇ ਨੇ ਕਹਿੰਦੇ ਮੰਮੀ ਅਸੀਂ ਇੱਕਣਾ ਵੋਟਾਂ ਪਾਣੀਆ ਉਸ ਹਿਸਾਬ ਨਾਲ ਜਿੰਨੂੰ ਇਹਨਾਂ ਨੇ ਕਿਹਾ ਤੁਸੀਂ ਇਹਨਾਂ ਨੂੰ ਹਾਂਜੀ ਉਹਨਾਂ ਨੂੰ ਮੈਂ ਪਾਈ ਫਿਰ ਵੋਟ ਚਲੋ ਇਹ ਗੱਲ ਵੋਟਾਂ ਦੀ ਸੀ ਸੋਈ ਤੁਸੀਂ ਇੱਕ ਆਫਰ ਕੋਡ ਮੈਨੂੰ ਗੱਲ ਦੱਸੀ ਆ ਕਿ ਤੁਹਾਡੇ ਨਾਲ ਕਿਸੇ ਨੇ ਧੋਖਾ ਕੀਤਾ ਉਹ ਇੱਕ ਵਾਰੀ ਦੱਸ ਦਿਓ ਕਿ ਕੀ ਕਿਦਾਂ ਧੋਖਾ ਕੀਤਾ ਤੁਹਾਡੇ ਨਾਲ ਹਾਂਜੀ ਇੱਕ ਨਾ ਨਾ ਬਾਹਰ ਤੇ ਸਾਡੀ ਮਦਦ ਆਈ ਆ ਉਹਨਾਂ ਨੇ ਸਾਨੂੰ ਟੇਚੀ ਵੀ ਦਿਖਾਇਆ ਤੇ ਬਾਹਰ ਡੱਬੇ ਵਿੱਚ ਪੈਕ ਕਰਿਆ ਸਮਾਨ ਵੀ ਦਿਖਾਇਆ ਤੇ ਹੁਣ ਸਾਨੂੰ ਫੋਨ ਕਰਿਆ ਉਹ ਕਹਿੰਦੇ ਤੁਸੀਂ ਚੰਦਰਪਾਲ ਬੋਲਦੇ ਮੈਂ ਕਹਾਂ ਹਾਂਜੀ ਮੈਂ ਚੰਦਰਪਾਲ ਬੋਲਦੇ ਉਹ ਕਹਿੰਦੇ ਤੁਹਾਡੇ ਨਾਲ ਬਾਹਰ ਤੇ ਸਮਾਨ ਆਇਆ ਕਿਸ ਨੇ ਭੇਜਿਆ ਵਾ ਵੀ ਸਾਡੀ ਕੰਪਨੀ ਮਾ ਪਿਆ ਜਾਵਾ ਹੋਇਆ ਵਾ ਮੈਂ ਕਹਾ ਠੀਕ ਆ ਮੈਂ ਕਹਾ ਤੁਸੀਂ ਭੇਜ ਦਿਓ ਉਹ ਕਹਿੰਦੇ ਸਾਨੂੰ ਪੈਸੇ ਛਾਵਾਂ ਕਰਾਓ ਤੇ 3500 ਰੁਪਈਆ ਮੈਂ ਕਹਾ 3500 ਰੁਪਈਆ ਕਹਿੰਦੇ ਹਾਂਜੀ ਸਾਨੂੰ ਅਸੀਂ ਖਾਤਾ ਨੰਬਰ ਹੋਗੇ ਵੀ ਤੁਸੀਂ ਪੈਸੇ ਪਾ ਦਿਓ ਮੈਂ ਕਹਾਂ ਚਲੋ ਠੀਕ ਹੈ ਕਹਿੰਦਾ ਧਾਰ ਕਟ ਵੀ ਭੇਜ ਦਿਓ ਮੈਂ ਉਹ ਵੀ ਦੇਤੇ ਉਹ ਕਹੇ ਮੇਰੇ ਕਿਤੇ ਆ ਨੰਬਰ ਅੰਕ ਨੂੰ ਲੱਗਿਆ ਅੰਬਰ ਸਰ ਵਾਲੇ ਨੂੰ ਉਹ ਸਾਡੇ ਆਏ ਮਹੀਨੇ ਮਦਦ ਕਰਦਾ ਹੈ ਉੱਥੇ ਮੈਂ ਕਿ ਮੁਰੇ ਜਾ ਕੇ ਨਾ ਫੋਨ ਲੱਗੀ ਉਹਨੂੰ ਕਰਨ ਭਾਈ ਨੂੰ ਕਿ ਨਾ ਸਾਨੂੰ ਕਿਹਾ ਪੈਸੇ ਪਾਈ ਉਹ ਲੱਗ ਗਿਆ ਅੰਕ ਨੂੰ ਅੰਕ ਕਹਿੰਦਾ ਹਾਂਜੀ ਸਿੰਦਰਪਾਲ ਕੀ ਹੋਇਆ ਮੈਂ ਕਿਹਾ ਅੰਕਲ ਤੁਸੀਂ ਮੇਰੇ ਤੇ ਪੈਸੇ ਮੰਗਦੇ ਕਿ ਕਿੰਨੇ ਜਮਾ ਕਰਾਓ ਉਹ ਕਹਿੰਦਾ ਸਿੰਦਰ ਮੈਂ ਮੈਂ ਪੈਸੇ ਥੋੜਾ ਮੰਗਦਾ ਹੁੰਦਾ ਸੀ ਵੀ ਮੈਂ ਤਾਂ ਥੋੜੀ ਆਏ ਮਹੀਨੇ ਮਦਦ ਕਰਦਾ ਕਿੰਨੀ ਕਿ ਮੇਤੇ ਹੁੰਦੀ ਆ ਵੀ ਤੁਹਾਨੂੰ ਕਿਨੇ ਕਿਹਾ ਮੈਂ ਕਹ ਫ ਨੰਬਰ ਵੀ ਹੈਗਾ ਮੇਰੇ ਕੋ ਉਹ ਕਹਿੰਦਾ ਮੈਨੂੰ ਨੰਬਰ ਦੋ ਤੇ ਉਹਨੇ ਮੈਂ ਤੇ ਨੰਬਰ ਵੀ ਲਿਆ ਉਹਨੇ ਵੀ ਗੱਲ ਕਰੀ ਆ ਤੇ ਗੱਲ ਕਰਕੇ ਫਿਰ ਉਹ ਕਹਿੰਦਾ ਤੈਨ ਪੈਸੇ ਨਹੀਂ ਪਾਣੇ ਚੰਦਰਪਾਲੇ ਪੈਸੇ ਮੈਂ ਪਾੰਦਾ ਰਣ ਨੂੰ ਉਹਨੇ ਫੇ 2500 ਰੁਪਏ ਉਹਨਾਂ ਨੂੰ ਪਾਇਆ ਪਰ ਅਜੇ ਤੱਕ ਤੁਹਾਡਾ ਸਮਾਨ ਨਹੀਂ ਆਇਆ ਅਜੇ ਤਾਈ ਮੇਰਾ ਸਮਾਨ ਨਹੀਂ ਆਇਆ ਮਹੀਨਾ ਹੋ ਗਿਆ ਹੁਣ ਮੈਂ ਉਹਨੂੰ ਫੋਨ ਕਰਦੀ ਜੀ ਇਹਨੇ ਮੈਨੂੰ ਕਿਹਾ ਥੋੜਾ ਸਮਾਨ ਆਇਆ ਵਾਏ ਉਹ ਹੁਣ ਫੋਨ ਨਹੀਂ ਚੱਕਦਾ ਸਾਡਾ ਬੀਚੀ ਕਰ ਦਿੰਦਾ ਜਦੀ ਸੋ ਬਿਲਕੁਲ ਦੇਖੋ ਤੁਸੀਂ ਕਿ ਕਿੰਨਾ ਧੋਖਾ ਜਿਹੜਾ ਹੈਗਾ ਦੁਨੀਆਂ ਦੇ ਵਿੱਚ ਚੱਲਣ ਲੱਗ ਪਿਆ ਕੋਈ ਇਹਨਾਂ ਨੂੰ ਜੋ ਕਾਲ ਕਰਦਾ ਹੈ ਅਸਲ ਵਿੱਚ ਕੋਈ ਸਮਾਨ ਇਹਨਾਂ ਦਾ ਬਾਹਰੋਂ ਨਹੀਂ ਆਇਆ ਸੀ ਜਿਸ ਤਰ੍ਹਾਂ ਲੱਗਦਾ ਹਾਲਾਂਕਿ ਪੂਰੀ ਜਿਹੜੀ ਕਾਰਵਾਈ ਹੈਗੀ ਆ ਉਹਨਾਂ ਦੇ ਉੱਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਕਾਰਵਾਈ ਜਾਵੇ ਜਿਨ੍ਹਾਂ ਨੇ ਇਸ ਤਰ੍ਹਾਂ ਦਾ ਧੋਖਾ ਕੀਤਾ ਇਹਨਾਂ ਕੋਲੋਂ 2500 ਰੁਪਏ ਵੀ ਲੈ ਗਏ ਤੇ ਅਜੇ ਤੱਕ ਸਮਾਨ ਨਹੀਂ ਆਇਆ ਪਰ ਲੱਗਦਾ ਇਸ ਤਰ੍ਹਾਂ ਹੈ ਕਿ ਕਿਸੇ ਨੇ ਵੀ ਇਹਨਾਂ ਨੂੰ ਕੋਈ ਸਮਾਨ ਨਹੀਂ ਸੀ ਭੇਜਿਆ ਸਗੋਂ ਕਿਸੇ ਨੇ ਇਹਨਾਂ ਦੀ ਕਾਲ ਨੰਬਰ ਜਿਹੜਾ ਹੈਗਾ ਕਿਸੇ ਵੀਡੀਓ ਦੇ ਵਿੱਚੋਂ ਲੈ ਕੇ ਇਹਨਾਂ ਨੂੰ ਕਾਲ ਕੀਤੀ ਕਿ ਤੁਹਾਡਾ ਕੋਈ ਸਮਾਨ ਆਇਆ ਬਾਹਰੋਂ ਫੇਕ ਜਿਹੜੀਆਂ ਤਸਵੀਰਾਂ ਇਹਨਾਂ ਨੂੰ ਦੋ ਭੇਜ ਦਿੱਤੀਆਂ ਇੱਕ ਅਟੈਚੀ ਤੇ ਕੁਝ ਹੋਰ ਬਾਕਸ ਬੰਦ ਸਮਾਨ ਜਿਹੜਾ ਉਹ ਭੇਜ ਦਿੱਤੀਆਂ ਤਸਵੀਰਾਂ ਤੇ ਇਹਨਾਂ ਕੋਲੋਂ ਇਹਨਾਂ ਦੇ ਆਧਾਰ ਕਾਰਡ ਮੰਗਵਾ ਲਈ ਆਧਾਰ ਕਾਰਡ ਮੰਗਵਾ ਕੇ ਬੱਚਿਆਂ ਦੇ ਤੇ ਕਿਹਾ ਕਿ ਤੁਹਾਨੂੰ 2500 ਰੁਪਏ ਜਮਾ ਜਾਂ 3500 ਜਮਾ ਕਰਵਾਉਣਾ ਪਊਗਾ ਬੈਂਕ ਦੇ ਵਿੱਚ ਤਾਂ ਕਿ ਤੁਹਾਡਾ ਸਮਾਨ ਘਰ ਆ ਜਾਏ ਜਿਨ੍ਹਾਂ ਨਾਲ ਇਹਨਾਂ ਨੇ ਮੁੜ ਕੇ ਇਤਫਾਕਾ ਇਹਨਾਂ ਦਾ ਰابطਾ ਹੋ ਗਿਆ ਜਿਹੜੇ ਇਹਨਾਂ ਦੀ ਰੋਜ਼ ਮਦਦ ਅਕਸਰ ਮਹੀਨਾਵਾਰੀ ਮਦਦ ਇਹਨਾਂ ਦੀ ਕਰਦੇ ਸੀ ਤੇ ਅੰਮ੍ਰਿਤਸਰ ਤੋਂ ਉਹਨਾਂ ਨੇ ਜਦੋਂ ਉਹਨਾਂ ਨੂੰ ਕਾਲ ਕੀਤੀ ਤਾਂ ਉਹਨਾਂ ਨੂੰ ਦੱਸਿਆ ਗਿਆ ਕਿ ਅਸੀਂ 에어ਪੋਰਟ ਤੋਂ ਬੋਲਦੇ ਹਾਂ ਕਸਟਮ ਤੋਂ ਤੇ ਇਹਨਾਂ ਦਾ ਕੋਈ ਸਮਾਨ ਹੈ ਜਿਹਨੂੰ ਕਲੀਅਰ ਕਰਾਉਣ ਦੇ ਲਈ 2500 ਰੁਪਏ ਤੁਸੀਂ ਪਾ ਦਿਓ ਉਸ ਭਲੇ ਪੁਰਸ਼ ਨੇ ਵੀ 2500 ਰੁਪਏ ਪਾ ਦਿੱਤਾ ਪਰ ਸਮਾਨ ਅਜੇ ਤੱਕ ਨਹੀਂ ਪਹੁੰਚਿਆ ਸੋ ਇਹੋ ਜਿਹਾ ਫਰਾਡ ਸ਼ਰਮ ਆਣੀ ਚਾਹੀਦੀ ਉਹਨਾਂ ਲੋਕਾਂ ਨੂੰ ਜਿਹੜੇ ਗਰੀਬ ਲੋਕਾਂ ਨਾਲ ਵੀ ਇਹੋ ਜਿਹਾ ਧੋਖੇ ਕਰਦੇ ਆ ਤੇ ਗਰੀਬ ਲੋਕਾਂ ਤੋਂ ਵੀ ਜਿਹੜੇ ਹੈਗੇ ਪੈਸੇ ਲੁੱਟ ਕੇ ਲੈ ਜਾਂਦੇ ਆ ਸੋ ਜਰੂਰ ਜੇਕਰ ਤੁਸੀਂ ਵੀ ਕਦੇ ਕਿਸੇ ਦੀ ਮਦਦ ਕਰਨੀ ਚਾਹੁੰਦੇ ਹੋ ਜਾਂ ਅਮਨ ਓਂਕਾਰ ਦੀ ਮਦਦ ਕਰਦੇ ਹੋ ਵੀਡੀਓਜ਼ ਦੇਖ ਕੇ ਕਿਉਂਕਿ ਇਹ ਜ਼ਰੂਰਤਮੰਦ ਨੇ ਤਾਂ ਜਰੂਰ ਕੋਸ਼ਿਸ਼ ਕਰੋ ਕਿ ਤੁਸੀਂ ਸਿੱਧੀ ਤੌਰ ਤੇ ਮਦਦ ਕਰੋ ਜੇਕਰ ਕਿਸੇ ਨੇ ਸਮਾਨ ਭੇਜਿਆ ਵੀ ਸੀ ਤਾਂ ਐਸੀ ਇਹ ਜਾਣਕਾਰੀ ਉਨ੍ਹਾਂ ਤੱਕ ਪਹੁੰਚਾਉਣੀ ਚਾਹੁੰਦੇ ਆ ਕਿ ਸਮਾਨ ਨਹੀਂ ਪਹੁੰਚਿਆ ਤੇ ਇਹਨਾਂ ਦੇ ਨਾਲ 2500 ਦੀ ਠੱਗੀ ਵੀ ਹੋ ਗਈ ਤੇ ਜੇਕਰ ਅਜਿਹਾ ਕੋਈ ਪਰਸਨ ਨਹੀਂ ਸੀ ਜਿਹੜਾ ਸਮਾਨ ਭੇਜਿਆ ਸਿੱਧੀ ਠੱਗੀ ਹੀ ਇਹਨਾਂ ਨਾਲ ਕੀਤੀ ਗਈ ਹੈ ਤਾਂ ਉਹਨਾਂ ਦੇ ਉੱਤੇ ਵੀ ਕਾਰਵਾਈ ਹੋਣੀ ਜ਼ਰੂਰ ਬਣਦੀ ਹੈ ਤੇ ਅਸੀਂ ਇਹਨਾਂ ਨੂੰ ਵੀ ਇਹ ਕਹਿੰਦੇ ਆ ਕਿ ਤੁਸੀਂ ਵੀ ਅੱਗੇ ਤੋਂ ਜਿਹੜਾ ਸਾਵਧਾਨ ਰਹਿਣਾ ਜੇਕਰ ਤੁਹਾਡੇ ਕੋਲ ਕੋਈ ਪੈਸਿਆਂ ਦੀ ਮੰਗ ਕਰਦਾ ਹੈ ਇਸ ਤਰ੍ਹਾਂ ਤਾਂ ਬਿਲਕੁਲ ਕਿਸੇ ਨੂੰ ਪੈਸੇ ਨਹੀਂ ਦੇਣੇ ਤੇ ਐਦਾਂ ਦੀ ਕੋਈ ਨਹੀਂ ਆਂਦਾ ਹੁੰਦਾ ਨਹੀਂ ਫਿਰ ਉਹਨਾਂ ਨੂੰ ਸਾਨੂੰ ਜ਼ੋਰ ਪਾਤਾ ਦਾ ਨਾ ਉਹ ਕਹਿੰਦੇ ਬਾਹਰ ਤੇ ਸੰਤਾਂ ਨੇ ਸਮਾਨ ਭੇਜਾ ਉਹ ਤੋੜਾ ਵੀ ਤੁਸੀਂ ਨੇ ਜਮਾ ਕਰਾਓ ਪੈਸੇ ਤੇ ਉਹ ਸਾਨੂੰ ਤਾ ਕਰਨੇ ਪੈਗੇ ਫਿਰ ਉਹ ਅੰਕਲ ਕਹਿੰਦਾ ਪਿਛੇਂਦਰਪੁਰ ਤੂੰ ਨਾ ਕਰਾਈ ਮੈਨੂੰ ਨੰਬਰ ਦੇ ਦੇਣਾ ਤਾਂ ਅੰਬਰਸਰ ਵਾਲਾ ਅੰਕਲ ਕਹਿੰਦਾ ਮੈਂ ਠੀਕ ਆ ਅੰਕਲ ਮੈਂ ਨੰਬਰ ਦੰਦੀ ਉਹਨੇ ਮੈਂ ਉੱਥੇ ਪੈਕ ਮੋਰੀ ਕਢ ਕੇ ਉਹਦਾ ਨੰਬਰ ਦਿੱਤਾ ਉਹਨੇ ਗੱਲ ਕਰੀ ਆ ਉਹ ਫਿਰ ਉਹਨੇ ਪੈਸੇ ਪਾਏ 2500 ਰੁਪਏ ਅੰਕਲ ਨੇ ਉਹ ਮੇਰੀ ਆਏ ਮਹੀਨੇ ਮਦਦ ਵੀ ਕਰਦਾ ਉਹ ਕਹਿੰਦਾ ਛਿੰਦਰਪੁਰ ਗਾਂ ਰੋਇਆ ਜਾਂ ਕੰਮ ਕਦੇ ਨਹੀਂ ਕਰਨਾ ਚਲੋ ਅਸੀਂ ਕੋਸ਼ਿਸ਼ ਕਰਾਂਗੇ ਕਿ ਜ ਵਾਸ ਕੀ ਸੋ ਉਮੀਦ ਕਰਦੇ ਆ ਕਿ ਅਜੇ ਹੀ ਠੱਗੀ ਤੁਹਾਡੇ ਨਾਲ ਵੀ ਨਹੀਂ ਹੋਗੀ ਦੁਬਾਰਾ ਤੇ ਉਹ ਲੋਕ ਵੀ ਫੜੇ ਜਾਣਗੇ ਪਰ ਅੱਜ ਮਸਲਾ ਜਿਹੜਾ ਫੇਰ ਹੋਈ ਹੈ ਕਿ ਵੋਟਾਂ ਦਾ ਸੀ ਜਿੱਥੇ ਹਰ ਵੋਟਰ ਆਪਣੀ ਵੋਟ ਪਾ ਰਿਹਾ મતਦਾਨ ਕਰ ਰਿਹਾ ਉੱਥੇ ਅਮਨ ਓੰਕਾਰ ਨੇ ਵੀ ਸੂਝ-ਬੂਝ ਨਾਲ ਜਿਹੜੀ ਹੈਗੀ ਆ ਉਹ ਵੋਟ ਪਾਈ ਹੈ ਤੇ ਉਮੀਦ ਕਰਦੇ ਆ ਕਿ ਜਿਹੜੀ ਹੁਣ ਸਰਕਾਰ ਬਣੇਗੀ ਕੋਈ ਵੀ ਬਣੇ ਕਿਉਂਕਿ ਜਦੋਂ ਸਰਕਾਰ ਬਣ ਜਾਂਦੀ ਹੈ ਤਾਂ ਫਿਰ ਉਹ ਆਪਣੇ ਵੋਟਰ ਦੀ ਸਰਕਾਰ ਨਹੀਂ ਰਹਿੰਦੀ ਉਹ ਕੱਲੀ ਮੈਂ ਜੇਕਰ ਇੱਕ ਪਾਰਟੀ ਨੂੰ ਵੋਟ ਪਾਈ ਹੈ ਤਾਂ ਦੂਜੀ ਪਾਰਟੀ ਦੀ ਸਰਕਾਰ ਬਣ ਜਾਂਦੀ ਹੈ ਤਾਂ ਇਹ ਨਹੀਂ ਹੁੰਦਾ ਕਿ ਮੈਂ ਤੁਹਾਨੂੰ ਉਹਨਾਂ ਨੂੰ ਵੋਟ ਨਹੀਂ ਪਾਈ ਸੀ ਤਾਂ ਭਲਾ ਮੇਰਾ ਨਹੀਂ ਕਰਨਗੇ ਸਰਕਾਰ ਜਦੋਂ ਬਣ ਜਾਂਦੀ ਹੈ ਤਾਂ ਸਾਰਿਆਂ ਦੀ ਸਾਂਝੀ ਹੁੰਦੀ ਹੈ ਤੇ ਫਰਜ਼ ਸਰਕਾਰ ਦੇ ਵੀ ਸਾਰੇ ਲੋਕਾਂ ਲਈ ਇੱਕੋ ਜਿਹੇ ਹੁੰਦੇ ਆ ਇੱਕੋ ਜਿਹੇ ਕੰਮ ਸਾਰਿਆਂ ਲਈ ਸਰਕਾਰ ਨੂੰ ਕਰਨਾ ਚਾਹੀਦਾ ਉਮੀਦ ਕਰਦੇ ਆ ਇਹਨਾਂ ਜੋ ਬੱਚਿਆਂ ਦੇ ਸੁਪਨੇ ਆ ਜਿਹੜੇ ਜਿਹੜੇ ਫਿਜ਼ੀਕਲੀ ਜਿਹੜੇ ਨਹੀਂ ਉਸ ਤਰ੍ਹਾਂ ਦੇ ਹੈਗੇ ਜਿੱਦਾਂ ਦੇ ਇਹਨਾਂ ਨੂੰ ਹੋਣਾ ਚਾਹੀਦਾ ਸੀ ਉਮੀਦ ਕਰਦੇ ਆ ਇਹਨਾਂ ਦੇ ਭਲੇ ਲਈ ਵੀ ਹੁਣ ਸਰਕਾਰਾਂ ਜਿਹੜੀਆਂ ਬਣਨ ਗਈਆਂ ਉਹ ਕੰਮ ਕਰਨਗੀਆਂ ਉਮੀਦ ਕਰਦੇ ਆ ਪੰਜਾਬ ਦਾ ਭਲਾ ਹੋ ਸਕੇਗਾ ਇਹਨਾਂ ਦੀ ਅੱਜ ਦੀ ਪਾਈ ਵੋਟ ਸਫਲ ਹੋਵੇਗੀ ਸਤਨਾਮ ਸਿੰਘ ਪੰਜਾਬੀ ਲੋਕ ਚੈਨਲ ਰੂਪਨਗਰ